ਪੁੱਤਰ ਹੋ ਗਈ ਉਹ ਕਬੱਡੀ ਦੇ ਸਥਾਨ ਵੀ ਇਸ ਬਹੁਤ ਹੀ ਤਕੜਾ ਖਿਡਾਰੀ ਹੈ ਮੋਨਾ ਪੰਡੋਰਾ ਕਹਿੰਦੇ ਹੈ ਉਧਰਲੇ ਰਾਜ ਜੀ ਵੀਰ ਜੀ ਭਗਵੰਤ ਬਾਈ ਜੀ ਬਹੁਤ ਵੱਡੇ ਆਦਰ ਸਤਿਕਾਰ ਭੇਜਦੇ ਹੈ ਵੀਰਾਂ ਨੂੰ ਜ਼ਰੂਰਤ ਹੈ ਸ਼ੇਰ ਲਿਖੇ ਹੋਏ ਨੇ ਰਾਜੂ ਆਸਟ੍ਰੇਲੀਆ ਦੀ ਹਰਕੁਲਜੀਤ ਸਿੰਘ ਬਹੁਤ ਸਿਆਣੇ ਬਾਬੇ ਦਾ
ਢੰਗ ਸਿਖਾ ਹੀ ਜਾਂਦੇ ਨੇ। ਮੁੰਡੇ ਨੂੰ ਨਾਲ ਰਜੇਸ਼ ਢੰਡ ਜੀ ਪੁੱਜੇ ਨੇ ਸਾਡੇ ਪ੍ਰਧਾਨ ਵਾਲੇ ਇੱਕ ਸੌਰ ਚਾਹੇ ਹੀਰੇ ਚਾਹੇ ਦੂਸਰਾ ਜਾਫੀ ਲੈ ਲਵੇ ਦੀਨੇ ਸਾਹਮਣੇ ਦੇ ਹੁਣ ਕੁੰਡੀਆਂ ਦੇ ਕੋਈ ਰਿਤਰੂ ਬਣੇ ਤਾੜੀਆਂ ਮਾਰਦੇ ਤਾੜੀਆਂ ਮਾਰਦੇ ਸੌ ਰੁਪਇਆ ਨਾ ਮਰੋੜ ਜੀ ਮੈਚ ਆਪਾਂ ਕਰਦੇ ਪਰਮਜੀਤ ਸਿੰਘ ਦਾ ਪੁੱਤ ਕਬੱਡੀ ਲੋਕ ਨਾਲ ਜਾਣਦੇ ਆ ਕਿ ਬੁੱਕ ਫੇਰ ਬੁੱਕੇ ਮੇਲੇ ਵਿੱਚ ਕਿ ਮੇਰੀ ਸਪਾਰੀ ਜੀ ਨੂੰ ਲਿੰਦਰਾਂ ਦੇ ਮੇਲੇ ਵਿੱਚ ਆਏ ਨੌਜਵਾਨ ਜੀ ਦਾ ਪਹਿਲਾ ਕਬੱਡੀ ਕੱਪ ਮੀਟਰ ਜਿੱਤਿਆ ਨੌਜਵਾਨ ਇੱਕ ਬੰਦੇ ਤਲਵੰਡੀ ਵਾਲਾ ਫੇਰ ਦੇਖਾ ਕਿ ਬਹੁਤ ਹੀ ਤਕੜੀ ਜਿਹੜੀ ਕੋਈ ਜਾ ਰਹੀ ਹੈ ਲੱਗਾ ਇੱਕ ਬੰਦੇ ਦੂਸਰੇ ਬੰਦੇ ਮੈਚ ਬੜਾ ਦੇਖਦੇ ਨੇ ਚੇਅਰਮੈਨ ਸਾਹਿਬ ਬੈਠੇ ਨੇ ਕਬੱਡੀ ਵੱਡਾ ਮਾਨ ਭੇਜਦੇ ਨੇ ਛੋਟਾ ਕਹਿੰਦੇ ਵੀ ਪਿੰਡਾਂ ਲੋਕੀ ਆ ਖਿਡਾਰੀ ਪਾਉਣ ਦੇ ਲਈ ਵਧਿਆ ਹੋਇਆ
ਚਾਚੇ ਤਾਇਆਂ ਦੇ ਪੁੱਤ ਹੈ, ਉਹਦਾ ਤਲਵੰਡੀ ਵਾਲਾ ਵਿਸ਼ੇਸ਼ ਹੋ ਗਿਆ ਆ ਨੌਜਵਾਨ ਆਸਟ੍ਰੇਲੀਆ ਦਾ ਇੱਕ ਮਾਣ ਨਾਲ ਸਾਡੇ ਸੁਖਦੇਵ ਜੀ ਵਾਲੇ ਚਮਕੌਰ ਸਿੰਘ ਜੀ ਯੂਐਸਏ ਭਾਈ ਸਾਹਿਬ ਕਹਿੰਦੇ ਵੀ 2500 ਰੁਪਇਆ ਜੇਤੂ ਲਈ ਮਾਣ ਹੋਵੇਗਾ, 2500 ਰੁਪਇਆ ਜਿੱਤਣ ਵਾਲੀ ਸਨਮਾਨ ਦਿੱਤਾ ਜਾ ਦੇਖੀ ਆਪਾਂ ਪਿੱਥੋਂ ਵਾਲੇ ਕਾਰਨ ਕਨੇਡਾ ਤੇ ਵਾਲਾ 200 ਰੁਪਇਆ ਮਾਣ ਇਹਨਾਂ ਗੱਭਰੂਆਂ ਦੇ ਲਈ ਵੱਡਾ ਵੱਡੇ ਮਾਣ ਦਿੰਦੇ ਨੇ ਇਹਨਾਂ ਖਿਡਾਰੀਆਂ ਨੂੰ ਨਾਲ ਅਗਲੀਆਂ ਦੋ ਚੜ੍ਹਦੀ ਜਵਾਨੀ ਹੈ ਪਾਤਸ਼ਾਹ ਦੀ ਕਿਰਪਾ ਸਭ ਨੇ ਗੁਰਜੀਤ ਲਈਆਂ ਵਾਲੀਆਂ ਫੈਸਲੇਗਾ ਕਿ ਵਿੱਚ ਵੱਡਾ ਹੁੰਦਾ ਫਾਨਾ ਅੜਿਆ ਤੇਰਾ ਸਾਡੇ ਵੀਰ ਗੁਰਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਕਬੱਡੀ ਦਾ ਜਿਹੜਾ ਲੱਗਦੇ ਆ ਸਾਰੇ ਰੇਵਿਆਂ ਨੂੰ ਰੰਗ ਕਰ ਹੋਏ ਆ ਜਗਜੀਤ ਜਿੱਦਾਂ ਸਾਡੇ ਸਭ ਨੂੰ ਮਿਲਣ ਆ ਜਾਣ ਕਿਉਂਕਿ ਕੁਝ ਜ਼ਿੰਮੇਵਾਰੀਆਂ ਵੀ ਨੇ ਇਸ ਲਈ ਮੈਂ ਵਧੀਆ ਮੁੰਡਿਆਂ ਇੱਕ ਪਾਸੇ ਫਰੰਦਪੁਰੀ ਆ ਐਵੇਂ ਨੀ ਲੱਖੇ ਬੜੀ ਇਹਨਾਂ ਨੇ ਪ੍ਰੋਗਰਾਮ ਵੋਟਰ ਵਾਲੇ ਸਾਈਕਲ ਦੀ ਗੱਲ ਹਾਂਜੀ ਆ ਤਾੜੀਆਂ ਵੀ ਸਰਦੂਲ ਸਿੰਘ ਪੋਤਾ ਇੱਕ 100 ਰੁਪਇਆ ਸੁਖਦੇਵ ਸਿੰਘ ਨਾਲ ਬਲਦੇਵ ਸਾਹਿਬ ਵੀ ਦੇ ਹੈ ਇਹ ਪੁਰੀਆ ਦਾ ਮਜਾਇਲ ਹੈ ਬਾਬੇ ਵੀ ਦੁਖਣਾਈ ਨਾਲੇ ਦੇ ਉੱਪਰ ਕਿਹਾ ਵੀ ਆਸਟ੍ਰੇਲੀਆ ਦੀ ਉਹ ਵੀ ਮਾਂ ਹੈ ਦੁਨੀਆਂ ਦੇ ਵਿੱਚ ਬਹੁਤ ਵੱਡਾ ਦਲੇਰ ਜੀ ਮਨ ਕਬੱਡੀ ਉਧਰਲੇ ਬੰਨੇ ਕਿਸ ਬੰਨੇ ਪਾਈ ਕਿ ਸੁਰਖਪੁਰੀਆ ਦੀ ਬਾਤ ਵਿੱਚ ਕੇ ਗੋਕੀ ਦਾ ਫੜਿਆ ਨਾ ਖਿਸ ਕੇ ਜਦੋਂ ਕਿ ਦਾ ਨੀਲਾ ਕੌਡੀ ਪਾਉਂਦਾ ਇਹ ਦਵਾਈ ਨਾਲ ਪਿੱਛੋਂ ਵਾਲਾ ਸ਼ੀਰ ਪੁਆਇੰਟ ਲੈਂਦਾ ਡਾਂਗ ਨਾਲ ਸਾਰੀ ਜੋ ਦੁਨੀਆ ਨੇ ਆਉਂਦੀ ਹੈ ਵੇਖੋ ਚਰਨ ਸੁਨੇਹਾ ਵਾਲਿਆ ਆਉਂਦੀ ਹੈ ਦੇਦੀ ਹੈ ਖੇਡ ਬਣਾਉਣ ਵਿੱਚ ਆਪਣੇ ਤਲਵੰਡੀ ਫਿਰ ਅਗਲੀ ਕਬੱਡੀ ਪਾਉਣ ਦੇ ਲਈ ਸਿੰਘ ਜੀ ਪੋਤੇ ਦੀ ਮੰਡੀ ਦੇ ਆਓ ਸਾਹਮਣੇ ਮੈਂ
ਧੰਨਵਾਦ ਕਰਦੇ ਆ ਆਏ ਹੋਏ ਸਰਪੰਚਾਂ ਦਾ। ਜਿਹੜਾ ਮੈਚ ਹੈ ਲੱਖ ਲੱਖ ਰੁਪਏ ਦੀ ਕਬੱਡੀ ਹੈ, ਜਿੱਥੇ ਸਿੰਘ ਸਾਹਿਬ ਸਤਿਕਾਰ ਜੋ ਰਹੇ ਕਬੱਡੀ ਕੱਪ ਦੀ ਆਪਾਂ ਉੱਥੇ ਵੀ ਤੱਕਣੇ ਆ, ਉੱਥੇ ਵੀ ਦਿੱਤੇ ਜਾਣੇ ਆ ਡਰਮਨ ਦੇ ਸਤਨਾਮ ਨੂੰ ਸਪਲੈਂਡਰ ਮੋਟਰਸਾਈਕਲ ਮਾਈਕ ਤੋਂ ਬਾਅਦ ਕਬੱਡੀ ਦੇ ਮੈਚਾਂ ਦੀ ਗੱਲ ਜਿਹੜੀ ਡਰਮਨ ਬੰਦ ਗਈ। ਕਲੱਬ ਵੱਲੋਂ ਭਗਤ ਬਾਬਾ ਚੰਦ ਸਪੋਰਟਸ ਕਲੱਬ ਗ੍ਰਾਮ ਪੰਚਾਇਤ ਤੇ ਸਮਾਜਿਕ ਕਮੇਟੀ ਮੁੱਖ ਮੈਨ ਉਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ। ਸਾਰੇ ਮੇਰੇ ਵੀਰ ਬਰਾੜ ਕੈਮਰੇ ਵੀ ਉੱਤੇ ਮੈਂ ਸਨਮਾਨ ਕਰਨੀ ਆ ਬਰਾੜ ਕੈਮਰੇ ਮੈਚ ਇੱਕ ਵਾਰੀ ਜ਼ੋਰਦਾਰ ਤਾਲਾ ਠੋਕ ਦਿਓ। ਬਹੁਤ ਵੱਡਾ ਮਹਿੰਦਰ ਸਿੰਘ ਜੀ ਜਿਹੜਾ ਕਬੱਡੀ ਮੈਚ ਹੋਇਆ ਸੋਲਾ ਹੈ, ਦੂਸਰੇ ਬੰਨੇ ਪੰਡੀ ਭਾਈ ਦੇ ਉਹ ਸਾਢੇ ਚਾਰ ਹੈ। ਇਸ ਮੈਚ ਦੀ ਜਿਹੜੀ ਡੱਗੋ ਰਮਾਣੇ ਦੀ ਟੀਮ ਜਿਹੜੀ ਜਿੱਤ ਇਸ ਮੈਚਾ ਬਾਹਰ ਗੇਟ ਤੇ ਬੁਲਾਉਂਦਾ ਰਹੇ ਸੱਤ ਦੇ ਅੱਜ ਕਬੱਡੀ ਆਪਣੀ ਹੋਈ ਮੈਚ ਸ਼ੁਰੂ ਹੁੰਦਾ ਹੈ ਜੀਰੇ ਦੀ ਤਰਫੋਂ ਖੇਡਦਾ ਮੁੰਡਾ ਕਿਹੜੇ ਏਰੀਏ ਦਾ ਹੈ ਨਾ ਸਾਹਮਣੇ ਪੱਟੀ ਮੋੜ ਦੇ ਵੱਲ ਜਾਂਦੇ ਹਾਂ ਰੋਡ ਦੇ ਉੱਪਰ ਆਉਂਦਾ ਇਸ ਖਿਡਾਰੀ ਦਾ ਨੌਜਵਾਨ ਗੱਭਰੂ ਧਰਤੀ ਦੇ ਪਿੱਛੇ ਉਦੋਂ ਮੇਰੀ 100 ਰੁਪਈਆ ਕਿਤਾਬਾਂ ਦਾ ਰੇਟ ਉਧਰੋਂ ਲੈ ਲਓ ਬਸ ਕਿਤਾਬਾਂ ਦੀ ਗੱਲ ਹੈ। ਲਾਓ ਜੀ ਜਿਹੜਾ ਫਾਈਨਲ ਮੈਚ ਦਰਸ਼ਕ ਵੀਰੋ ਬਹੁਤ ਹੀ ਤਕੜਾ ਮੈਚ ਕੀਲਾ ਵਾਲਾ ਤੇ ਜੋਗੇ ਵਾਲੇ ਦੇ ਮਹਾਨ ਕਬੱਡੀ ਦੀ ਦਾਤ ਹੈ। ਆਪਾਂ ਦੱਸਾਂਗੇ ਉਹ ਮੈਚ ਦੋਵੇਂ ਕਬੱਡੀ ਟੀਮਾਂ ਬਹੁਤ ਹੀ ਤਕੜੀਆਂ ਹੋਣਗੀਆਂ। ਆਹ ਵੀ ਜਿਹੜੀ ਟੀਮ ਇਸ ਮੈਚ ਦੀ ਜੇਤੂ ਟੀਮ ਮੈਚ ਜਿਹੜਾ ਹੋਣਾ ਹੈ ਦੂਸਰੇ ਬੰਦੇ ਨਾਮ ਸ਼ਿੰਦਾ ਖੋਸੇ ਕੋਟਲੇ ਦੀ ਧੀਰ ਪਿੰਡ ਵਾਲਾ ਨਾਮ ਡੱਕਣ ਦੀ ਕੋਸ਼ਿਸ਼ ਕਰਦਾ ਹੈ ਪਾ ਕਬੱਡੀ ਖੇਡ ਮੈਦਾਨ ਵਿੱਚ ਨਿਰਮਲ ਸਿੰਘ ਜੀ ਖਜ਼ਾਨਾ ਮੰਤਰੀ ਦਾ ਵੀ ਧੰਨਵਾਦ ਕਰ ਸਰਦਾਰ ਜਗਰੂਪ ਸਿੰਘ ਹੋਰਾਂ ਦਾ ਸੁਖਦੇਵ ਸਿੰਘ ਜੀ ਹੋਰਾਂ ਦਾ ਪੂਰੀ ਬਲਵਿੰਦਰ ਸਿੰਘ ਪ੍ਰਧਾਨ ਹੋਰਾਂ ਦਾ ਹਰ ਖੇਡ ਮੈਦਾਨ ਵਿੱਚ ਗੁਰੂ ਦੇ ਨਾਚ ਨੇ ਪਾਈ ਹੈ ਤੇ ਦੂਸਰੇ ਆ ਵੀ ਗੁਰਲਾਲ ਗੱਭਰੂ ਮਾਝੀ ਧਰਤੀ ਦਾ ਖੇਡ ਮੈਦਾਨ ਉਹਦੇ ਬੰਦੇ ਪੁਰੀਆ ਦਾ ਲਾਓ ਜੀ ਰਾਜੂ ਵੀ ਆ ਨਾਚ ਨੂੰ ਪ੍ਰਧਾਨ ਵੀ ਹੈ ਕਬੱਡੀ ਵੀ ਕਰਵਾਈ ਹੈ ਸੁਖਦੇਵ ਸਿੰਘ ਜੀ ਖੋਸੇ ਮਿੰਟੂ ਬੇਦੀ ਆਰ ਸਾਡਾ ਵੀਰ ਬੋਹਣਾ ਆ ਵੀ ਨੌਜਵਾਨ ਭਾਵੇਂ ਗੱਲ
ਪਿੰਦਰ ਕਨੇਡਾ ਦੀ ਭਾਵੇਂ ਗੱਲ ਕਰੀਏ ਜਸੇ ਦੀ ਖੇਡ ਮੈਦਾਨ ਵਿੱਚ ਕਬੱਡੀ ਦਾ ਬਹੁਤ ਭਾਵੇਂ ਜਿਹੜਾ ਐਨ ਆਰ ਆਈ ਉਹ ਜਾ ਮਾਨ ਕਰਨਾ ਹੈ ਤੇ ਗੁਰਮਣੇ ਨੂੰ ਆਵੇ ਤੇ ਗੁਰਮਣੇ ਜੇਤੂ ਅੱਜ ਆਇਆ ਤੁਹਾਨੂੰ ਗੁਰਮਣੇ ਵਾਲਾ ਸਤਨਾਮ ਮੇਰਾ ਵੀਰ ਮੋਟਰਸਾਈਕਲ ਆ ਜੇ ਮਾਨ ਸਨਮਾਨ ਕਰਨਾ ਹੈ ਡੱਗੋ ਰਮਾਣੇ ਵਾਲਾ ਜੀ ਮਾਨੇ ਵਾਲਾ ਆਪਣੀ ਗੱਡੀ ਕੋਲੇ ਪੁੱਜ ਜਾਵੇ ਡੱਗੋ ਰਮਾਣੇ ਦਾ ਜੀ ਨੂੰ ਮੋਟਰਸਾਈਕਲ ਜਾਣਾ ਹੈ ਗੱਡੀ ਵਾਲਾ ਜੀ ਸਾਹਿਬ ਮੇਰੀ ਆਵਾਜ਼ ਸੁਣਦੇ ਹੋ ਡਿਪਟੀ ਸਾਹਿਬ ਜੀ ਐਸ ਐਚ ਓ ਮੈਂ ਆ ਜਾਣਾ ਤਾਂ ਕਿ ਅਸੀਂ ਇਹਨਾਂ ਦਾ ਮਾਨ ਕਰੀਏ ਹਾਂ ਵੀ ਜੱਗਾ ਕੋਲੇ ਆ ਜਾਵੇ ਜੱਗਾ ਕਾਰ ਕੋਲੇ ਆਵੇ ਬਈ ਗਗਨਡੀ ਤੇ ਸਤਨਾਮ ਤੇ ਬੰਨੇ ਜਗ੍ਹਾ ਤੇ ਲੋ ਜੀ ਬਹੁਤ ਵੱਡੇ ਮਾਨ ਆ ਮੇਰੇ ਵੀ ਸੋਨੂੰ ਆ ਵੀ ਕਬੱਡੀ ਦਾ ਮੈਚ ਬਹੁਤ ਤਕੜਾ ਵਕੀ ਤੇ ਜੋਗੇ ਵਾਲੀ ਜਿਹੜੀ ਕਾਰ ਦੀ ਚਾਬੀ ਲੈ ਕੇ ਪਹੁੰਚੇ ਕੋਈ ਡੱਗੋਰ ਮਾਰਿਆ ਰਿਹਾ ਆ ਜਾਓ ਜਿੰਨਾ ਮਤਲਬ ਮੋਟਰਸਾਈਕਲ ਮੇਰੇ ਵੀਰ ਆ ਦੋਨੋਂ ਤਲਵੰਡੀ ਦੀ ਜੀਰੇ ਦੀ ਦੇ ਉੱਪਰ ਲੱਗਾ 100 ਰੁਪਿਆ ਰਾਜੂ ਦੀ ਬੰਦੇ ਵਾਲਾ ਕਹਿੰਦੇ ਸ਼ਹੀਦ ਸਰਦਾਰ ਸ਼ਾਮ ਦੀ ਅਟਾਰੀ ਦਾ ਏਰੀਆ ਅੱਜ ਹੋਵੇ ਸਰਕਾਰ ਮੁੱਲ ਪਾਵੇ ਏਰੀਆ ਤੇ ਭਾਰਤ ਦੇ ਦਾ ਮਾਰੀਆਂ ਇਹ ਸੜਕ ਦੇ ਬਹੁਤ ਨਾਈਸ ਆਦਮੀ ਆ ਜੋ ਆਇਆ ਗੱਲ ਬਹੁਤ ਧਿਆਨ ਨਾਲ ਇਹਨਾਂ ਦਾ ਅਸੀਂ ਮਾਨ ਸਨਮਾਨ ਕਰਨਾ ਡਿਪਟੀ ਸਾਹਿਬ ਅਗਲੇ ਮੈਚ ਦੀਆਂ ਟੀਮਾਂ ਖੇਡ ਮੈਦਾਨ ਕਿਉਂਕਿ ਸ਼ਿੰਦਾ ਕਹਿੰਦੇ ਗੱਭਰੂ ਦੇ ਵੀ ਕਿਸੇ ਰਣਧੀਰ ਪਿੰਡ ਵਾਲਾ ਗੱਭਰੂ ਜਫਾ ਲਾ ਚੁੱਕਾ ਹੈ ਅਗਲੇ ਬੰਦੇ ਡਾਗੁਰ ਸਕਣਾ ਸਨਮਾਨ ਹੋਣਾ ਉਹ ਵੀ ਮੇਰਾ ਵੀਰ ਜਲਦੀ ਜਾਵੇ ਸਾਡੀ ਸਟੇਜ ਦੇ ਕੋਲੇ ਬਲਦੇਵ ਸਿੰਘ ਬਰਾੜ ਸਾਹਿਬ ਜੋ ਉਡੀਕਦੇ ਨੇ ਉਸ ਤੋਂ ਡਾਗੁਰ ਸਤਨਾਮ ਮੇਰਾ ਵੀਰ ਸਤਨਾਮ ਸਿੰਘ ਡਾਗੁਰ ਜਲਦੀ ਵੀ ਤੁਹਾਨੂੰ ਮੋਟਰਸਾਈਕਲ ਡਿਪਟੀ ਸਿੱਧੀ ਇਹਨਾਂ ਨੇ ਜਾਣਾ ਹੋਰ ਮੇਰੇ ਵੀਰ ਜਿਨ੍ਹਾਂ ਨੇ ਮੋਟਰਸਾਈਕਲ ਆ ਗਏ ਡਾਗੁਰ ਜਲਦੀ ਤੋਂ ਜਲਦੀ ਸਾਡੇ ਕੋਲ ਪਹੁੰਚ ਅਗਲੇ ਬੰਨੇ ਮਾਨਾ ਹੈਲੋ ਚਾਬੀ ਲੈ ਕੇ ਆਵੇ ਜਲਦੀ ਕਿੱਥੇ ਆ ਸਤਨਾਮ ਸਿੰਘ ਜਲਦੀ ਯਾਰ ਸਾਨੂੰ ਠੀਕ ਆ ਤੂੰ ਆ ਜਾ ਮੇਰਾ ਵੀਰ ਵਕੀਲ ਜੋਗੇਵਾਲ ਦੀ ਟੀਮ ਹਾਲੇ ਤੱਕ ਗਰਾਊਂਡ ਦੇ ਵਿੱਚ ਨਹੀਂ ਆਈ ਕਿਰਪਾ ਕਰ ਗਰਾਊਂਡ ਦੇ ਵਿੱਚ ਪੁੱਜ ਯਾਰ ਉਧਰਲੇ ਬੰਨੇ ਕਾਉਣ ਨਾਲ ਮੰਨਾ ਭਰੂੜ ਜੀ ਤੇ ਸਾਡੇ ਸਰਕਾਰ ਕਰਨ ਪਈਆਂ ਵਾਲਾ ਰੇਪਾ ਹਰਾਸ ਜੀ ਆਵੇ ਸਰਕਾਰ ਜਿੱਥੇ ਮੇਰੀ ਆਵਾਜ਼ ਆ ਗਈ ਆ ਤਲਵੰਡੀ ਉਹਨੂੰ ਸਾਡੇ ਗੁਰਮੇਲ ਜਿਹੜਾ ਘਾਲ ਤਲਵੰਡੀ ਨੂੰ ਤੱਕ ਰਹੇ ਹਨ ਦੁਨੀਆ ਟਾਪਰ ਖਿਡਾਰੀ ਹੈ
ਤੋਂ ਸਵਰਗੀ ਸਰਦਾਰ ਗੁਰਦੇਵ ਬਰਾੜ, ਸਵਰਗੀ ਸਰਦਾਰ ਛੱਤਰ ਸਿੰਘ ਜੀ ਸਰਪੰਚ ਦੇ ਨਾਲ ਜੀ ਬਰਾੜ ਸਾਹਿਬ ਦਾ ਵੱਲੋਂ ਜਿਹੜਾ ਮੋਟਰ ਸਨਮਾਨਿਤ ਕੀਤਾ ਗਿਆ ਹੈ। ਨਗਰੂ ਦੀ ਟੀਮ ਨੇ ਵਾਸਤੇ ਫਰੈਂਡ ਕਬੱਡੀ ਕਲੱਬ ਜੀਰੇ ਦੇ ਪੁਆਇੰਟ ਨੇ ਤੇ ਯਾਰ ਇਹ ਮੈਚ ਦੀ ਜੇਤੂ ਟੀਮ ਹੈ ਉਹ ਬੇਨਤੀ ਹੈ ਬਿਲਕੁਲ ਅੱਜ ਦੇ ਯੋਗੇਵਾਲ ਦੇ ਵਕੀਲ ਆਪਣਾ ਪੁੱਜੋ ਜੀ ਦਰਸ਼ਨ ਵੀਰ ਜ਼ੋਰਦਾਰ ਤਾੜੀਆਂ ਮਾਰ ਦਿਓ ਗੱਭਰੂ ਦੇ ਲਈ ਪਿਆਰ ਕਰਦੇ ਹੋ ਤੇ ਬਰਾੜ ਫੈਮਿਲੀ ਦੀ ਵੱਡੀ ਦੇਰ ਹੈ ਅੱਜ ਵੱਡਾ ਮਾਣ ਧਾਰਿਆ ਸੱਜੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹੀ ਟੀਮਾਂ ਜਲਦੀ ਜਲਦੀ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਣ ਆਪਾਂ ਧੰਨਵਾਦ ਨਾਲ ਗਗਨ ਸ਼ੇਖ ਫਰੈਂਡ ਕਲੱਬ ਜੀਰੇ ਮਾਣ ਕੀਤਾ ਜਾਣਾ ਉਹਦੇ ਲਾਗੇ ਆ ਜਾਵੇ ਮੱਖਣ ਦਸ ਰਹਿ ਗਏ ਨੇ ਜਿਹਨਾਂ ਨੇ ਅੜੀਆਂ ਲੈ ਲੈਣ ਨਾਲ ਹਾਜ਼ਰੀ ਲਾਉਣ ਮੱਖਣ ਬਰਾੜ ਜੀ ਮੱਲ ਗਿਆ ਦੋਹੇ ਟੀਮਾਂ ਜਲਦੀ ਸ਼ੁਰੂ ਹੋ ਚੁੱਕਾ ਹੈ ਪਹਿਲੀ ਕਬੱਡੀ ਦੇ ਚੀੜੇ ਜਾ
ਨੌਜਵਾਨ ਦੁਨੀਆਂ ਦਾ ਬਹੁਤ ਤਕੜਾ ਮਹਿਲਾ ਬਾਲ ਕਬੱਡੀ ਦਾ ਨੌਜਵਾਨ ਹਲਕਾ ਜਿਹਾ ਹੱਥ ਲਾ ਆਓ ਨੱਚਦਾ ਹੁੰਦਾ ਹੈ ਵਾਹ ਆਓ ਗੱਭਰੂਆ ਅਗਲੀ ਕਬੱਡੀ ਸਾਹਮਣੇ ਖੇਡ ਮੈਦਾਨ ਵਿੱਚ ਸਰਦਾਰ ਨੇ ਕੀਤੀ ਹੈ ਤਵੀ ਤੇ ਬੈਠੇ ਬੇਗੀ ਉਭਰੇ ਆਰਿਆਂ ਦੇ ਨਾਲ ਜੀਰੇ ਕਾਗ ਤੋਂ ਇਹ ਵਾਪਸ ਆ ਜਾਣ ਮੇਰੀ ਕਾਮ ਦੇ ਹੀਰੇ ਬੰਦਾ ਬਹਾਦਰ ਅਮਰ ਸੀ ਕੀਤਾ ਜਿਸ ਦੀ ਤਾਰੀ ਨੇ ਮਰ ਲੋ ਮੂਲ ਨਹੀਂ ਡਰਦੇ ਜਿਹੜੇ ਸ਼ਿਕਾਰੀ ਨੇ ਉਹ ਫਿੱਕਾ ਤਾਣ ਕੇ ਖੜਦੇ ਜਿਹੜੇ ਚੁੱਟ ਤਾਰੀ ਨੇ ਇੱਕ ਪਾਸੇ ਸਾਹਮਣੇ ਦੇਖਾਂਗੇ ਭੱਜਦਾ ਹੋਇਆ ਰੌਲਾ ਨੀ ਬਾਈ ਜੀ ਰੌਲਾ ਨੀ ਪਲੀਜ਼ ਫੈਸਲਾ ਰੈਫਰੀ ਦਾ ਆਖਰੀ ਹੋਏਗਾ ਬਲਜਿੰਦਰ ਸਿੰਘ ਪਿੱਛੇ ਹੋ ਗਿਆ ਮੇਰੀ ਪਿੱਛੇ ਰੇਟ ਵੀ ਦੇ ਦਿੱਤਾ ਗਿਆ ਪੁਆਇੰਟ ਰੇਟ ਪਿੱਛੇ ਹੋ ਗਿਆ ਥੋੜਾ ਅੱਗੇ ਰਵੋ ਮੇਰੀ ਬੇਨਤੀ ਹੈ ਉਧਰਲੇ ਬੰਨੇ ਕਬੱਡੀ ਰੂਪ ਨੇ ਪਾਈ ਹੈ ਸਾਹਮਣੇ ਮੇਰੇ ਰੂਪਾ ਜਗਦੀਪ ਰਾਮ ਦੱਸਦਾ ਹਰੀ ਕੇ ਗਲਾਂ ਵਾਲਾ ਵੀ ਪਾਣ ਜਦਿਆ ਜੋ ਕੇਰਲ ਦੀ ਟੀਮ ਦਾ ਇੱਕ 100 ਰੁਪਿਆ ਰਾਜੂ ਜੀ ਆਸਟ੍ਰੇਲੀਆ ਵਾਲੇ ਅਗਲੀ ਕਬੱਡੀ ਜਸਵੰਤ ਸਿੰਘ ਫੌਜੀ ਦਾ ਪੁੱਤ ਬਲਦੇਵ ਸਿੰਘ ਜੀ ਅੱਜ ਸੋਨੀ ਕਬੱਡੀ ਦੀ ਧਰਤੀ ਇਹ ਭਗਤ ਬਾਬਾ ਦੋਨੇ ਜਾਂਦੀ ਕਿਰਪਾ ਸਦਾ ਆਪਣਾ ਕੁਛ ਨਹੀਂ ਹੈ ਇਹਦੇ ਵਿੱਚ ਪੁੱਜਵੇ ਕੁਛ ਜੋ ਕੁਛ ਹੈ ਸਭ ਤੇਰਾ ਆਉਂਦਾ ਸਾਹਮਣੇ ਤਾੜੀਆਂ ਮਾਰ ਦੇ ਇੱਕ ਵਾਰੀ ਜੇ ਮੈਚ ਵਧੀਆ ਲੱਗਾ ਤੇ ਉਧਰਲੇ ਬੰਨੇ ਬੁੱਕ ਦਾ ਨੌਜਵਾਨ ਗਵਰਨਰ ਅਸ਼ਵੀ ਪੂਰੇ ਖੁਸ਼ ਹੈ ਕਬੱਡੀ ਦੇ ਨਾਰੇ ਪੱਕਦੇ ਨੇ ਆ ਵੀ ਜੋਗੇ ਵਾਲੀ ਆ ਪਾ ਕਬੱਡੀ ਦੀ ਜਵਾਨੀ ਮਾਣ ਕਰੀਏ ਔਰ ਨੀਲੀ ਸ਼ਰਤ ਤੋਂ ਹਮੇਸ਼ਾ ਐਸਾ ਕੰਮ ਮਿੱਤਰੋ ਕਦੇ ਨਾ ਜਿਹਦੇ ਪਿੱਛੇ ਪਛਤਾਉਣਾ ਮਿੱਤਰੋ ਜਿਹੜਾ ਬੰਦਾ ਬਹੁਤੀਆਂ ਅੱਖਾਂ ਚ ਰੜ ਕੇ ਹੁੰਦਾ ਥੋੜੇ ਦਿਨਾਂ ਦਾ ਪੁਰਾਣਾ ਮਿੱਤਰੋ ਜਿਹੜਾ ਬੰਦਾ ਬਹੁਤੀਆਂ ਅੱਖਾਂ ਚ ਰੜ ਕੇ ਹੁੰਦਾ ਥੋੜੇ ਦਿਨਾਂ ਦਾ ਪੁਰਾਣਾ ਮਿੱਤਰੋ ਮੇਰੇ ਵੀਰ ਵਿੱਚ ਫਿਰ ਰਹੇ ਆ ਉਹਨਾਂ ਅੱਗੇ ਬੇਨਤੀ ਹੈ ਕਿ ਲਾਈਨ ਤੋਂ ਪਿੱਛੋਂ ਹੋ ਜਾਓ ਮੇਰੇ ਵੀਰੋ ਮੋਟਰਸਾਈਕਲ ਉਹਨਾਂ ਨੂੰ ਵੀ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਆਪਣੀ ਤਿਆਰੀ ਜਲਦੀ ਟੀਮ ਆ ਜਾਣ ਪੈ ਗਿਆ ਢਿੱਲੇ ਪੈ ਗਏ ਨੇ ਕੀੜੇ ਮਰ ਕੇ ਬੱਸ ਪੈ ਕੇ ਅਰਬਾ ਦੇ ਬਿਆੜਾ ਤਗੜਾ ਹੋਊਗਾ ਫੇਰ ਆਊਗਾ ਆਵੇਂ ਗੁੱਡਾ ਲਗਾ ਰਿਹਾ ਇਸ ਭਲਵਾਨ ਦੇ ਉਧਰਲੇ ਬਾਨੇ ਲੱਖਾਂ ਧਰਮ ਕੋਟੀਆਂ ਵਿਸ਼ੇ ਤੌਰ ਤੇ ਸੱਦਿਆ ਲੱਖ ਲੱਖ ਰੁਪਏ ਦੀ ਕਬੱਡੀ ਪੈ ਖੇਡ ਮੈਦਾਨ ਚ ਕਹਿੰਦੇ ਵੀ 1.25 ਲੱਖ ਰੁਪਏ ਦਾ ਮੈਚ ਫਾਈਨਲ ਦੋ ਜਿਹੜੇ ਮੋਟਰਸਾਈਕਲ ਉਧਰਲੇ ਬਾਨੇ ਕੌਣ ਹੈ ਜੋ ਨਾਲ ਵਾਲਾ ਇੱਕ ਬੰਨੇ ਲੱਖਾਂ ਧਰਮ ਕੋਟੀਆਂ ਨੌਜਵਾਨ ਗੱਭਰੂ ਭੱਜਿਆ ਜਾਂਦਾ ਜੋਗੇਵਾਲ ਦੀ ਟੀਮ ਦਾ ਸਾਡੇ ਗਰਵਾਂ ਸਿੰਘ ਕੋਚ ਦੀ ਟੀਮ ਦਾ ਹੁਣ ਵੇਖਾਂਗੇ ਵੀ ਪੰਜਾਬ ਦੀ ਮੰਨੀ ਜੋੜੀ ਕਿਸ ਨੌਜਵਾਨ ਨੂੰ ਡੱਕਦੀ ਹੈ ਉਹਨਾਂ ਨੇ ਕਬੱਡੀ ਗੋਲ ਵੱਲ ਦੀ ਪਾਈ ਹੈ ਖੇਡ ਮੈਦਾਨ ਵਿੱਚ ਅੱਜ ਮੇਲਾ ਲੁੱਟਣ ਵਾਲੀ ਗੱਲ ਕੀਤੀ ਹੈ ਦਰਸ਼ਕੋ ਆਹ ਮੁੰਡੇ ਨੇ ਜਸਵੰਤ ਸਿੰਘ ਫੌਜੀ ਦੇ ਪੁੱਤ ਨੇ ਖੇਡ ਮੈਦਾਨ ਵਿੱਚ ਇਹਨੇ ਵੀ ਕਬੱਡੀ ਨੇ ਪਾ ਦਿੱਤੀ ਹੈ ਚਾਰ ਜਾਫੀ ਵਿਆਹਬੰਦੀ ਕਰਦੇ ਨੇ ਵੀ ਚਾਹਾਂ ਵਿੱਚੋਂ ਹੱਥਾਂ ਦਾ
ਪਿੱਛੇ ਹੋ ਜਾਓ, ਬਹੁਤ ਮਿਹਰਬਾਨੀ ਹੈ ਵੀਰ ਜੀ ਪਿੱਛੇ। ਕਬੱਡੀ ਜਿਹੜੀ ਖੇਡ ਮੈਦਾਨ ਵਿੱਚ ਆਹ ਗੋਦੀ ਚੁੱਕ ਨਿਮਾ ਭੋਟੀ ਪੁਰੀਆ ਤੇ ਦੱਸ ਜਿਹੜਾ ਪੁਆਇੰਟ ਪੁਆਇੰਟ ਰੇਡਰ ਨੂੰ ਦਿੱਤਾ ਗਿਆ ਜੀ, ਉਧਰਲੇ ਬੰਨੇ ਪੁਆਇੰਟ ਰੇਡਰ ਨੂੰ ਦਿੱਤਾ ਗਿਆ। ਰੈਫਰੀ ਦਾ ਫੈਸਲਾ ਹੁਣ ਆਖਰੀ ਫੈਸਲਾ ਹੋਵੇਗਾ, ਸਭ ਟੀਮਾਂ ਕਰਨਾ ਹੈ। ਕੱਲੀ ਕੱਲੀ ਕਬੱਡੀ ਜਿਹੜੀ ਲੱਖ ਲੱਖ ਰੁਪਏ ਦੀ ਪੈਂਦੀ ਹੈ, ਦੂਸਰੇ ਪਾਸੇ ਉਹਦੇ ਸਮੇਂ ਦਾ ਇੰਤਜ਼ਾਰ ਕਰਾਂਗੇ। ਜਗਦੀਪ ਬਰਾੜ ਹਰੀ ਕੇ ਕਰਾਂ ਵਾਲਾ ਫੈਸਲਾ ਕਰਦਾ ਹੋਇਆ, ਇਹਨਾਂ ਵਾਲੇ ਦਾ ਸੁੱਖਾ ਬਹੁਤ ਸੋਹਣਾ ਜਫਾ ਲਾ ਚੁੱਕਿਆ, ਸੁੱਖ ਢਿੱਲੋਂ ਮਾਰ ਕਰਦਾ। ਜਲੰਧਰ ਸਿੰਘ ਸਿੱਧੂ ਗੱਡੀ ਦੀਆਂ ਚਾਬੀਆਂ ਦਿੱਤੀਆਂ ਇਸ ਨੌਜਵਾਨ ਨੂੰ। ਅਗਲੀ ਕਬੱਡੀ ਰੂਪਾ ਇੱਕ ਗੋਲੇ ਵਾਲੇ ਦੀ ਧਰਤੀ ਦਾ ਇੱਕ ਨੌਜਵਾਨ ਹੈ, ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਤੇ ਦੂਸਰੇ ਪਾਸੇ ਉਂਗਲ ਖੜੀ ਕੀਤੀ ਹੈ ਭਾਵੀ ਦਾ। ਭਾਵੀ ਦਾ ਬੇਨਤੀ ਆ ਵੀ ਆਹ ਜਿਹੜੇ ਵੀਰ ਗਰਾਊਂਡ ਦੇ ਵਿੱਚ ਖੜੇ ਹੈ, ਖਿਡਾਰੀ ਵੀਰ ਕਿਰਪਾ ਕਰਕੇ ਬਹਿ ਜਾਓ। ਜਿੰਦਰ ਚੱਲਦਾ ਹੈ 70 ਕਿਲੋ ਦੀਆਂ ਟੀਮਾਂ ਪਤਾ ਵੀ ਪੁੱਜੀਆਂ ਹੋਈਆਂ ਹੈ। ਡਾਗੋ ਰਮਾਨ ਮੇਰੀ ਬੇਨਤੀ ਹੈ ਵੀ ਡਾਗਰੂ ਪਿੰਡ ਦੀ ਜਿਹੜੀ ਟੀਮ ਹੈ ਦੋਵੇਂ ਸੈਮੀ ਫਾਈਨਲ ਮੈਚ ਲਈ ਗਰਾਊਂਡ ਆ ਜਾਵੇ ਕਿਰਪਾ ਕਰਕੇ। ਵਾਹ ਉਹ ਨੌਜਵਾਨ ਇੱਕ ਬੰਨੇ ਦੰਗਾਲ ਵਾਲੇ ਨੇ ਮੋੜਿਆ। ਹੈਲੋ ਆ ਵੀ 70 ਕਿਲੋ ਵਾਲੇ ਜਲਦੀ ਤੋਂ ਜਲਦੀ ਗਰਾਊਂਡ ਪਹੁੰਚਣ। 70 ਕਿਲੋ ਵਾਲੇ ਆ ਜਾਓ ਮੇਰੇ ਵੀਰ, ਫਾਈਨਲ ਮੈਚ 70 ਕਿਲੋ ਜਲਦੀ ਗਰਾਊਂਡ ਚ ਆ ਜਾਓ, ਤੁਹਾਨੂੰ ਬਹੁਤ ਵੇਟ ਕੀਤੀ ਆ। ਫੋਟੋ ਸਟੂਡੀਓ ਵਾਲਾ ਵੀਰ ਮੇਰਾ ਗੇਮ ਜਿਹੜਾ ਵਕੀਲਾਂ ਵਾਲੇ ਦੀ ਟੀਮ ਜੇਤੂ ਹੈ, ਸਪੋਰਟ ਕਰ ਲਓ ਵਕੀਲਾਂ ਵਾਲੇ ਦੀ ਟੀਮ ਜੇਤੂ ਹੈ। ਮੂਵੀ ਵਾਲੇ ਵੀਰ ਨੂੰ ਬੇਨਤੀ ਹੈ ਵੀ ਸਟੇਜ ਕੇ ਆਪਾਂ ਬੇਨਤੀ ਹੈ, ਲਾਸਟ ਟੀਮਾਂ ਰਹਿ ਗਈਆਂ ਤੇ ਸਾਡੇ ਆ ਸਪੋਰਟਸ ਕਲੱਬ ਦੇ ਅਹੁਦੇਦਾਰ ਆ, ਇਹ ਕਹਿੰਦੇ ਕੋਈ ਰਾਜਪੂਨ ਦੀ ਗੜਬੜ ਜੀ ਸਾਨੂੰ ਲੱਗਦੀ ਆ। ਸੋ ਯਾਰ ਬਹੁਤ ਮਾੜੀ ਗੱਲ ਆ, ਵੇਖ ਲਓ ਤੁਸੀਂ ਭਗਤ ਬਾਬਾ ਤੁਸੀਂ ਚਾਹੁੰਦੇ ਗੁਨਾਹਗਾਰ ਹੋਵੋਗੇ। ਮਹੀਨਿਆਂ ਪਤੀ ਭੱਜ ਕਾ ਸਿਰੇ ਲਾਇਆ ਤੇ ਸਾਨੂੰ ਲੱਗਦੇ ਆ ਵੀ ਤੁਸੀਂ ਰਲ ਜਾਂਦੇ ਆ, ਇਹ ਬਹੁਤ ਮਾੜੀ ਗੱਲ ਆ, ਇਹਦੀ ਸਜ਼ਾ ਵੀ ਤੁਸੀਂ ਭੁਗਤੋਗੇ, ਅਸੀਂ ਤਾਂ ਤੁਹਾਨੂੰ ਆਸ਼ੀਰਵਾਦ ਦੇਣੀ ਆ। ਸੋ ਇਹੋ ਜਿਹੀ ਕੋਈ ਗੱਲ ਨਹੀਂ ਹੋਣੀ ਚਾਹੀਦੀ, ਜਿਹੜੇ ਅਖੀਰ ਤੇ ਆ ਕੇ ਰਲ ਜਾਓ। ਲੋ ਸਾਨੂੰ ਪਵਨ ਦੀ ਪੈਂਦੀ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਧੂੜਾ ਪੱਟੀ, ਜਿੰਨਾ ਦੁੱਧ ਮਾਵਾਂ ਦਾ ਪੀਤਾ ਲੋਕ ਫੜ ਲੈ ਸਕਦੇ ਨੀ, ਲੱਖਾਂ ਦੁੱਲਾ ਦੇ ਕੇ ਜਿੱਤਾ ਗੁਰਚਰਨ ਸਿੰਘ ਕੁੰਡੀਆਂ ਨੇ ਸਿੱਖ ਫਤਿਹ ਆਇਆ ਹਰੇਕ ਤਣ ਦਾ ਦਰ ਅਸੀਂ ਵੀ ਹਰੇਕ ਬਣ ਦਾ ਪੈਂਦਾ ਜਦੋਂ ਗਰਾਊਂਡ ਵਿੱਚ ਆਵਾਜ਼ ਹੋ ਰਿਹਾ ਲੈਂਦੇ ਨੇ ਢਾ ਜੋ ਰਿਹਾ ਚਾਹੀ ਦੀ ਫਸਲੀ ਹੱਡੀ ਆਣੀਆਂ ਸੌਖੀ ਨੇ ਜੋ ਖੇਡਣੀ ਕਬੱਡੀ ਲੰਘਣੀਆਂ ਕਬੱਡੀ ਪਾਉਣ ਦੇ ਲਈ ਗੁਰਜੀਤ ਸਿੰਘ ਵਧਿਆ ਹੋਇਆ ਸੁਲੀਰੀ ਧਰਤੀ ਹੈ ਚੱਲ ਵੀ ਹੈਪੀ ਸ਼ਰਟ ਪਾ ਬਾਦ ਮਾਰਕੀਟ ਕਬੱਡੀ ਲਓ ਸਰ ਇਸ ਲਈ ਕਬੱਡੀ ਪਾਉਣ ਦੇ ਲਈ ਮੇਰੀ ਵੀ ਮਨਾਂ ਵਿੱਚ ਵਾਧਾ ਹੋਇਆ ਹੋਈ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਕਾਫੀ ਤਿਆਰ ਪਈ ਹੋਈ ਕਬੱਡੀ ਕੈਂਪ ਦੇ ਵੀ ਨੌਜਵਾਨ ਇਸ ਵੇਲੇ ਗੁਰਜੀਤ ਨੇੜੇ ਪਿੰਡ ਦਾ ਮੇਰੇ ਵੀਰੋ ਮੈਦਾਨ ਦੇ ਵਿੱਚ ਕਬੱਡੀ ਔਰ ਦੂਜੇ ਪਾਸੇ ਵੇਖਦਾ ਵੀ ਪੁਆਇੰਟ ਜਿਹੜਾ ਗੁਰਜੀਤ ਸਲੀਣੇ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਕੰਡਿਆਲ ਟੀਮ ਦੇ ਲਈ ਲੱਖਾਂ ਦੇ ਪੁਆਇੰਟ ਜੋੜਦਾ ਹੈ। ਆਓ ਸਾਹਮਣੇ ਰੀਤੇ ਦੀ ਫਿਰ ਕਬੱਡੀ ਖੇਡਾਂ ਵਿੱਚ ਨੌ ਚਾਰ ਸਿਡਾਬਰ ਨੇ ਨੌ ਸਾਹਮਣੇ ਜਿਵੇਂ ਉਸਤਾਦ ਪ੍ਰੋਫੈਸਰ ਮੱਕਰ ਕੀ ਬੰਦੇ ਆ ਫੈਸਲਾ ਕਰੇਗੀ ਰੋਸ਼ਨੀ ਕਾ ਜਿੱਦੀ ਐਵੇਂ ਦਮ ਹੋਗਾ ਟਿਕ ਜਾਏਗਾ। ਲਓ ਸਾਹਮਣੇ ਜੱਪਾ ਮਾਰਦਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਜਗਦੀਪ ਹਰੀ ਕੇ ਕਲਾਵਲ ਕਰਦੇ ਆ ਨਾਲ ਪੀਰੀ ਬਾਬ। ਲਓ ਸਾਹਮਣੇ ਖੇਡ ਮੈਦਾਨ ਵਿੱਚ ਚੱਲਦਾ ਹੋਇਆ ਮੁਕਾਬਲਾ ਕਰੀ ਨੌਜਵਾਨਾਂ ਆਹ ਨੌਜਵਾਨ ਦੀ ਸਿਫਤ। ਲਓ ਪਿੰਡਰਾਂ ਦੀ ਧਰਤੀ ਦਾ ਕਹਿੰਦੇ ਵੀ ਹਰਜੋਤ ਸਿੰਘ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਪੁਰਸ਼ਾਂ ਦੀ ਧਰਤੀ
ਦੀ ਧਰਤੀ ਮੇਰੇ ਵੀਰੋ ਕਹਿੰਦੇ ਵੀ ਬੜੇ ਮਹਾਨ ਕਬੱਡੀ ਖਿਡਾਰੀ ਪੈਦਾ ਕੀਤੇ ਉਸ ਧਰਤੀ ਨੇ। ਉਸੇ ਪਿੰਡ ਦਾ ਰਜੋਤ ਇਸ ਵੇਲੇ ਕੰਡਿਆਲ ਦੀ ਟੀਮ ਦੇ ਲਈ ਲੱਖਾਂ ਨਾਲ ਪਾਣੀ ਜੋੜਦਾ ਹੋਇਆ। ਲਓ ਸਾਹਮਣੇ ਅਗਲੀ ਕਬੱਡੀ ਨਗਰ ਫਿਰ ਵੜਿਆ ਹੋਇਆ। ਲਓ ਸਾਹਮਣੇ ਇੱਕ ਨੰਬਰ ਤੋਂ ਗੋਲ ਕਰਦਾ ਹੋਇਆ ਖੇਡ ਮੈਦਾਨ ਵਿੱਚ ਗੋਲੀਆਂ ਨਿਚੋੜੀਆਂ ਤੇ ਰਸੇ ਚੜਿਆ, ਕਾਹ ਦੁੱਧ ਪੀਤਾ, ਮਲਾਈ ਸਣੇ ਕੜਿਆ, ਪਹਿਲਾਂ ਬੜੇ ਸਹੇ, ਹੁਣ ਸੁੱਖਾਂ ਦੀ ਵਾਰੀ ਮਿੱਤਰੋ। ਡਰ ਦਾ ਪੌਂਡਰ ਵਿੱਚ ਖੇਡਦੇ ਕਬੱਡੀ ਦੇ ਖਿਡਾਰੀ ਮਿੱਤਰੋ ਜਗਰਾਜ ਸਿੰਘ ਜੀ ਬਰਾੜ ਮਾਲਾ ਕਬੱਡੀ ਪਾਉਣ ਦੇ ਲਈ ਮੇਰੇ ਵਾਧਾ ਹੋਇਆ ਮੈਦਾਨ ਦੇ ਵਿੱਚ। ਗੁਰਜੀਤ ਦੀ ਪਈ ਹੋਈ ਕਬੱਡੀ ਹੈ, ਔਰ ਵੇਖਦਾ ਵੀ ਕਿ ਇਸ ਬਾਅਦ ਪੰਜਾਬੀਆਂ ਨੂੰ ਕਬੱਡੀ ਦੇਖ ਕੇ ਦਰਸ਼ਕ ਮਾਰਦੇ ਨੇ ਤਾੜੀਆਂ। ਜਦੋਂ ਕੋਈ ਧਾ ਦੀ ਰੇਡ ਪਾਉਂਦਾ ਮੱਥਾ ਟੇਕ ਕੇ ਲੱਗ ਜਾਵੇ ਜੱਫਾ ਤਾਂ ਦੁਨੀਆਂ ਪੈਂਦੀ। ਨੱਚ ਮਿੱਤਰੋ ਕਬੱਡੀ ਖੇਡ ਆ ਪੰਜਾਬੀਆਂ ਦੀ ਮਾਂ, ਇਹ ਗੱਲ 16 ਨੇ ਸੱਚ ਮਿੱਤਰੋ। ਕਬੱਡੀ ਖੇਡ ਆ ਪੰਜਾਬੀਆਂ ਦੀ ਮਾਂ, ਗੱਲ 16 ਨੇ ਸੱਚ ਮਿੱਤਰੋ। ਬਾਕੀ ਸੱਚ ਗੱਲ ਹੈ ਕਬੱਡੀ ਰੀਤੇ ਦੀ ਪੈਂਦੀ ਹੋਈ ਦੂਸਰੇ ਪਾਸੇ ਚਾਰ ਜਾਫੀ ਨੇ ਚੋਟੀ ਦੇ ਲੈ ਵੀ ਬੂਟੇ ਉਮਰੀ ਨੇ ਤੱਕ ਨੀ ਆ ਰੱਖੇ ਮੈਦਾਨ ਵਿੱਚ ਲੜ ਚੋਟੀ ਦੇ ਕੀ ਫੈਸਲੇ ਕਰੇਗਾ ਪੀਰੀ ਬੰਬ ਆਪਣੇ ਸਮੇਂ ਦਾ ਪ੍ਰਸਿੱਧ ਖਿਡਾਰੀ ਆ। ਸਾਹਮਣੇ ਖੇਡ ਮੈਦਾਨ ਵਿੱਚ ਫੈਡ ਸ਼ੂਸ਼ਕ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਨੌਜਵਾਨ ਗੱਭਰੂ ਇਸ ਵੇਲੇ ਹਰਜੋਤ ਭਿੰਡਰਾਂ ਦੀ ਮੁਕਾਬਲਾ ਬਹੁਤ ਤਕੜਾ ਖੇਡਿਆ ਜਾਵੇਗਾ ਖੇਡ ਮੈਦਾਨ ਵਿੱਚ। ਡੱਗੂ ਰਮਾਣਾ ਦੇ ਨਾਲ ਗੱਲ ਹੋਵੇਗੀ ਖੇਡ ਮੈਦਾਨ ਦੀ। ਲਓ ਸਾਹਮਣੇ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਦੇ ਪੁਆਇੰਟ ਜਿਹੜਾ ਮੇਰੇ ਵੀ ਸ਼ੂਸ਼ਕ ਟੀਮ ਦੇ ਲਈ ਜੁੜਦਾ ਹੋਇਆ ਪੁਆਇੰਟ ਜਿਹੜਾ ਸ਼ੂਸ਼ਕ ਜਾਫੀ ਆਪਣੀ ਟੀਮ ਦੇ ਲਈ ਜੋੜਦਾ। ਚੱਲ ਵੀ ਨੌਜਵਾਨਾਂ ਪਾ ਕਬੱਡੀ ਅੱਜ ਭਰਮਾ ਕੱਢ ਹੈ, ਐਨ ਕਹਿੰਦੇ ਵੀ ਨਜ਼ਾਰਾ ਵੱਖਰਾ ਖੇਡ ਕਬੱਡੀ ਦਾ। ਲਓ ਸਾਹਮਣੇ ਸ਼ੂਸ਼ਕਰੀ ਦਾ ਰੀਤਾ ਵਧਿਆ ਹੋਇਆ ਖੇਡ ਮੈਦਾਨ ਕਿ ਸੀਗੀ ਜੱਟ ਦੀ ਫੁੱਲ ਚੜ੍ਹਾਈ, ਲੈ ਗਈ ਮੌਤ ਤਾਂ ਉਡਾਈ, ਅੰਬੀ ਹਜੇ ਨੀ ਭੁੱਲਿਆ ਸੀ ਇੱਕ ਹੋਰ ਤੂੰ ਲਾ ਗਿਆ ਵੇ ਖੂਰ ਪਿੰਡ ਦੇ ਆਮੜਿਆ ਘਾਟਾ ਕਾਉਂਟੀ ਨੂੰ ਪਾ ਗਿਆ ਸਾਡਾ ਲਈ ਅੱਜ ਦਾ ਕਹਿ ਗਿਆ ਮਈਆ ਵਾਲੇ ਦੇ ਕਬੱਡੀ ਕੱਪ ਦੇ ਸ਼ਰਤ ਦੇ ਫੁੱਲ ਪੇਟ ਕਰਾਂਗੇ ਖੂਰ ਪਿੰਡ ਦੇ ਅਮੜੇ ਨੂੰ। ਅਗਲੀ ਮੈਚ ਤੇ ਬਾਅਦ ਪਾਵੇਗਾ ਸਾਡੀ ਜਿਹੜੀ ਗ੍ਰਾਫੀ ਪਰਮੇਸ਼ਰ ਬੁੱਟ ਉਮਰੀ ਹੋਣ ਤੇ ਨਾਲ ਸਾਡਾ ਵੀਰ ਅਮਨ ਲੋਕੋ ਦੀ ਧਰਤੀ ਦਾ ਨਾਲ ਗੁਰਚਰਨ ਸਿੰਘ ਵੀ ਤੁਹਾਡਾ ਕੋਟ ਕੋਟ ਧੰਨਵਾਦ ਹੈ। ਤੁਸੀਂ ਵੀ ਬੜਾ ਕੁਛ ਸਿਮਲ ਦੁਖਾਇਆ ਭਾਵੇਂ ਜਾਰੀ ਟੁੱਟ ਗਈ ਹੈ। ਇਸੇ ਤਰ੍ਹਾਂ ਮੇਰੇ ਭਰਾ ਸਾਡੀ ਬੇਨਤੀ ਮਨਜ਼ੂਰ ਕਰਕੇ ਬੈਠੇ ਰਹੋ। ਹੁਣ ਜਿਹੜਾ ਆਈਡੀਆ ਜਿਹੜਾ ਅਸਲ ਨਿਚੋੜ ਆ ਉਹ ਤੁਹਾਡੇ ਸਾਹਮਣੇ ਆ ਜਾਣਾ। ਸੋ ਬਹੁਤ ਬਹੁਤ ਬੇਨਤੀ ਮੋਟਰਸਾਈਕਲ 2000 ਦੇ ਵਿੱਚ ਦੇਣਾ ਇਸ ਰਾਜਵਾਨ ਫਰੰਦੀਪੁਰ ਦੇ ਗੋਪੀ ਨੂੰ ਜਿਹਦਾ ਇੱਕ ਇੱਕ ਵੰਡਰ ਤੇ 20 ਕਿਲੋ ਵਜਨ ਹੈ। ਪਿੱਛੇ ਜੋ ਤੁਹਾਨੂੰ ਵੇਖ ਕੇ ਹੋਰ ਆਉਣਗੇ ਉਧਰਲੇ ਬੰਨੇ ਕਬੱਡੀ ਦਾ ਦੂਸਰਾ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਹੈ, ਮੁਕਾਬਲਾ ਸ਼ੁਰੂ ਹੈ। ਆਪਾਂ ਤੱਕਾਂਗੇ ਬਾਪੂ ਨਰ ਸਿੰਘ ਦੇ ਪੋਤੇ ਦੀ ਜਿਹੜੀ ਕਬੱਡੀ ਔਰ ਪਿਛਲੇ ਸਾਲ ਦੇ ਵਾਂਗ ਉਧਰਲੇ ਬੰਨੇ ਬੈਲਟ ਰੇਡ ਮੈਂ ਯਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ। ਬੇਨਤੀ ਸ਼ੁਰੂ ਕਰ ਦਿਓ ਲਈ ਜਾਂਦੀ। ਲਓ ਸਾਹਮਣੇ ਮੈਦਾਨ ਦੇ ਵਿੱਚ ਪਹਿਲੀ ਸੈਮੀਫਾਈਨਲ ਕਬੱਡੀ ਪੈ ਚੁੱਕੀ
ਧਰਮਿੰਦਰ ਸਿੰਘ ਨਾਮ ਹੈ, ਇੱਕ ਬਾਲੀਵੁੱਡ ਦੇ ਵਿੱਚ ਬੜਾ ਮਸ਼ਹੂਰ ਹੈ ਐਕਟਰ, ਫਿਲਮਾਂ ਦੇ ਵਿੱਚ ਇੱਕ ਧਰਮਿੰਦਰ। ਬਾਬਾ ਫਰੀਦ ਦੀ ਧਰਤੀ ਹੈ, ਬਾਬੂ ਨਲ ਸਿੰਘ ਦਾ ਮੋਟਾ ਦੋ ਪੁੱਤ ਕਬੱਡੀ ਖੇਡਦੇ, ਸਰਦਾਰ ਅਮਰਜੀਤ ਸਿੰਘ ਦੇ ਬਸ ਸਾਹਮਣੇ ਗੁਰਵਿੰਦਰ ਸਿੰਘ ਬਘੇਲੀ ਵਾਲਾ ਪਿੰਡ ਹੈ, ਇੱਕ ਪਾਸੇ ਸਾਹਮਣੇ ਦੁਨੀਆਂ ਦਾ ਟੌਪ ਦਾ ਮਹਿੰਗੇ ਖਿਡਾਰੀ ਹੈ ਬਰਾੜ ਸਾਹਿਬ ਆਹ ਨੌਜਵਾਨ ਸ਼ੀਰਾ ਜੀ, ਬਸ ਸਾਹਮਣੇ ਇੱਕ ਪਾਸੇ ਨੌਜਵਾਨ ਹੁਣ ਦੇਖਣਾ ਆਪਸ ਮੁੜਦਾ ਹੋਇਆ, ਔਰ ਫਰੰਦੀਪੁਰੀਆ ਮੈਂ ਦੇਖਦਾ ਹੈ ਵੀ ਸਿਆਲ ਖੇਡ ਖੇਡੀ ਹੈ ਨੌਜਵਾਨ ਨੇ ਵੀ ਮੁੰਡਾ ਮੇਰੇ ਹਾਣ ਦਾ ਨਹੀਂ, ਔਰ ਮੈਂ ਦੇਖਦਾ ਵੀ ਆਸਾਨ ਜਾਂ ਪੁਆਇੰਟ ਲੈ ਨੌਜਵਾਨ ਟੀਮ ਦੇ ਸੇ ਆ ਗੱਭਰੂ ਦੇਖਦੇ ਵੀ ਪਹਿਲਾਂ ਪੰਜਾਬ ਦੇ ਵਿੱਚ ਵਰਲਡ ਕਬੱਡੀ ਕੱਪ ਹੋਇਆ, ਪਹਿਲੇ ਵਰਲਡ ਕਬੱਡੀ ਕੱਪ ਤੋਂ ਸਵਰਾਜ ਟਰੈਕਟਰ ਜਿੱਤਿਆ ਇਸ ਨੌਜਵਾਨ ਖਿਡਾਰੀ ਨੇ, ਪਰਮਜੀਤ ਸਿੰਘ ਦਾ ਪੋਤਾ, ਕਹਿੰਦੇ ਵੀ ਸ਼ਾਹਕੋਟ ਦਾ ਏਰੀਆ ਨੌਜਵਾਨ ਗੱਭਰੂ, ਜਿਸ ਏਰੀਏ ਦੇ ਸਾਈ ਲੋਕ ਬੜੇ ਮਸ਼ਹੂਰ ਹੈ, ਦੁਨੀਆਂ ਸਹਾਇਤਾ ਕਰਦੀ ਹੈ, ਸਾਈਆਂ ਦੀ ਮੇਲ ਹੈ ਬੱਸੀਆਂ ਦੇ ਗੁਰਜੀਤੇ ਉੱਪਰ, ਕਿ ਸਾਡਾ ਯਾਰ ਨਕੋਦਰ ਦੇ ਵਿੱਚ ਪੀਰ ਮਰਾਦਾ ਵਾਲਾ, ਕਿ ਚਿੰਤਾ ਭਗਤ ਮਟਾਵੇ ਚਿੰਤਾ ਬਾਬਾ ਰੁੜਕੇ ਵਾਲਾ, ਮਨ ਮੁਰਸ਼ਦ ਲੋਕਾਂ ਦਾ ਕਰ ਲੱਭਦਾ ਨਹੀਂ ਸਾਰਾ, ਕਿ ਮਰ ਜਾਣੇ ਨੂੰ ਮਾਣ ਬਖਸ਼ ਕੇ ਲਾਡੀ ਸ਼ਾਹੀ ਕਹਿੰਦਾ, ਤੇਰੇ ਇਸ਼ਕ ਦਾ ਗਿਰਦਾ ਪੈਂਦਾ ਨਹੀਂ, ਤੇਰੇ ਇਸ਼ਕ ਦਾ ਗਿਰਦਾ ਪੈਂਦਾ। ਔਰ ਜੇ ਮੈਂ ਢੁੱਡੀ ਪਿੜਦਾ ਉਧਰਲੇ ਬੰਨੇ ਮਾਹੌਤੀ ਤਗੜਾ ਫੜਿਆ ਹੋਇਆ ਖੁੱਟਾ ਹੈ ਨੌਜਵਾਨ ਗੱਭਰੂ ਦਾ, ਕਿ ਵੈਦਾ ਮੇਰੀ ਬਾਂਹ ਛੱਡ ਦੇ ਤੈਨੂੰ ਰੋਗ ਦੀ, ਸਮਝਣਾ ਕੋਈ ਵੀ ਵੈਦਾ ਮੇਰੀ ਬਾਂਹ ਛੱਡ ਦੇ। ਦੂਸਰੇ ਬੰਨੇ ਮੁੰਡਾ ਕੀ ਕਹਿੰਦਾ, ਤੇਰੇ ਬਾਂਹ ਤੇ ਲਿਖਾ ਸਰਨਾਮਾ, ਕਿ ਪੜ੍ਹੇਗਾ ਤਾਂ ਯਾਦ ਕਰੇਗਾ, ਬਾਹੌਤੀ ਤਗੜਾ ਜੱਫਾ ਲੱਗਾ ਹੋਇਆ। ਲਓ ਅਗਲੀ ਕਬੱਡੀ ਦੇ ਨਾਲ ਫਿਰ ਜੁੜਾਂਗੇ ਖੇਡ ਮੈਦਾਨ ਦੇ ਵਿੱਚ, ਲੈ ਵੀ ਜੱਸਿਆ ਤਗੜਾ ਹੋ ਜਾ, ਜਿੱਥੋਂ ਦੇ ਸਰਪੰਚ ਨੇ ਨੁਕਰਾ ਘੋੜਾ ਜਿੱਤਿਆ ਇੱਕ ਪਾਸੇ ਉਹ ਟੀਮ ਖੇਡ ਰਹੀ ਹੈ, ਸਾਹਮਣੇ ਦੇਖਾਂਗੇ ਵੀ ਚਾਰ ਜਾਫੀਆਂ ਦੇ ਵਿੱਚ ਨੌਜਵਾਨ ਬਿਲਕੁਲ ਨੇੜੇ ਹੋ ਕੇ ਨੌਜਵਾਨ ਭੋਲਾ ਕਹਿੰਦੇ ਵੀ ਨਹੀਂ ਡੱਕ ਸਕਿਆ, ਇਸ ਨੌਜਵਾਨ ਨੂੰ ਖੇਡ ਮੈਦਾਨ ਦੇ ਵਿੱਚ ਬਹੁਤ ਹੀ ਸੋਹਣਾ ਪ੍ਰਦਰਸ਼ਨ ਕੀਤਾ ਜਾ ਰਿਹਾ। ਔਰ ਸੁਖਦੇਵ ਸਿੰਘ ਜੀ ਗਿੱਲ ਸਾਹਿਬ ਸਰਪੰਚ ਕਹਿੰਦੇ ਨੇ ਫਰੰਦੀਪੁਰ ਦਾ ਗੋਪੀ ਜਦੋਂ ਜੱਫਾ ਲਾਵੇਗਾ ਤੇ ਇੱਕ 100 ਰੁਪਇਆ ਮੈਂ ਦਿਆਂਗਾ, ਤੇ ਨਾਲ ਬੋਰਡ ਉਹਨੇ ਕਹਿੰਦੇ ਵੀ ਬੁਲਟ ਮੋਟਰਸਾਈਕਲ ਦੀਆਂ ਗੱਲਾਂ ਹੋਣੀਆਂ ਨੇ, ਮੋਟਰਸਾਈਕਲ ਵੱਡਾ ਮਾਣ ਹੁੰਦਾ ਖਿਡਾਰੀ ਦੇ ਲਈ। ਆਓ ਸਾਹਮਣੇ ਚੜ ਗਿਆ ਨੌਜਵਾਨ ਰਾਸ਼ਨ ਲੈ ਕੇ, ਲਾਕਡਾਊਨ ਤੁਰਨ ਕੇ ਜੱਫਾ ਤਾੜੀਆਂ ਮਾਰ ਦਿਓ ਦੋਹਾਂ ਖਿਡਾਰੀਆਂ ਦੇ ਲਈ, ਇੱਕ ਕਮਾਂਡਲ ਤੇ 13.5 ਕਿਲੋ ਭਾਰ ਹੈ ਫਰੰਦੀਪੁਰੀਏ ਗੋਪੀ ਦਾ, ਬਾਪੂ ਗੱਜਣ ਸਿੰਘ ਦਾ ਪੋਤਾ ਮੱਲੀ ਪਰਿਵਾਰ ਦਾ ਗੱਭਰੂ ਆਖਦੇ ਹੈ ਇਹ ਨੌਜਵਾਨ ਨੂੰ, ਭਾਵੇਂ ਕਹਿੰਦੇ ਵੀ ਨੌਜਵਾਨ ਐਕਸਪੋਰਟ ਕਬੱਡੀ ਕਲੱਬ ਨੇ ਖੇਡਿਆ, ਮਛੜਿਆਂ ਵਾਲਾ ਦਾਰਾ ਵੀ ਮਾਣ ਕਰਦਾ ਹੈ ਉਧਰਲੇ ਬੰਨੇ, ਬਹੁਤ ਹੀ ਸੋਹਣਾ ਜਿਹੜਾ ਪੁਆਇੰਟ ਹੈ ਮਲਸੀਆਂ ਦੇ ਕੁਲਜੀਤੇ ਦਾ ਡਾਗੋਰ ਮਾਣ ਦੀ ਟੀਮ ਦਾ। ਉਧਰਲੇ ਬੰਨੇ ਬੋੜਾ ਜੀ ਆਖਦੇ ਆਪਣੇ ਮਿੱਤਰਾਂ ਨਾਲ ਮਿਲ, ਆਉਂਦੇ ਸਾਲ ਫਰੰਦੀਪੁਰੀਏ ਨੂੰ ਮੋਟਰਸਾਈਕਲ ਦਿੱਤਾ ਜਾਣਾ ਹੈ, ਜਿੱਥੇ ਗੱਲਾਂ ਕਹਿੰਦੇ ਵੀ ਵਕੀਲਾਂ ਵਾਲੇ ਦੇ ਖਿਡਾਰੀਆਂ ਦੀਆਂ ਵੀ ਹੋਣ ਗਈਆਂ। ਉਧਰਲੇ ਬੰਨੇ ਕਬੱਡੀ ਜਿਹੜੀ ਨੌਜਵਾਨ ਗੱਭਰੂ ਖੇਡ ਮੈਦਾਨ ਵਿੱਚ ਪਾਉਂਦਾ ਹੋਇਆ, ਚਿੰਮਾ ਢੁੱਡੀ ਪਿੰਡ ਦੀ ਧਰਤੀ ਦਾ ਸ਼ਾਮਾ ਪੈ ਚੁੱਕੀ ਹੈ, ਹਨੇਰਾ ਹੋ ਚੁੱਕਿਆ ਹੈ, ਔਰ ਦੇਖਾਂਗੇ ਵੀ ਬਹੁਤ ਹੀ ਤਕੜਾ ਮੈਚ ਸਾਡੇ ਜਸਵੀਰ ਸਿੰਘ ਹੋਰੀ, ਸੁਖਦੇਵ ਸਿੰਘ ਜੀ ਸਰਪੰਚ ਸਾਹਿਬ ਹੋਰੀ, ਉਧਰਲੇ ਬੰਨੇ ਬਰਾੜ ਸਾਹਿਬ ਨਿਰਮਲ ਸਿੰਘ ਜੀ ਕੈਸ਼ੀਅਰ, ਨਾਲ ਅਸੀਂ ਦਰਬਾਰ ਕਰਦੇ ਹਾਂ ਬਲਵਿੰਦਰ ਪ੍ਰਧਾਨ ਜੀ ਦਾ ਤੇ ਜਗਰੂਪ ਸਿੰਘ ਹੋਰਾਂ ਦਾ, ਸਾਰੇ ਮਿੱਤਰਾਂ ਨੂੰ ਬਹੁਤ ਵੱਡੀ ਮੁਬਾਰਕਬਾਦ ਹੈ ਇਸ ਕਬੱਡੀ ਦੇ ਮਹਾਂਕੁੰਭ ਦੀ। ਕਬੱਡੀ ਜਿਹੜੀ ਡਾਗੋਰ ਮਾਣੇ ਦੇ ਲੋਕੀ ਭਿੰਦਾ ਕਹਿੰਦੇ ਆ, ਮਰੂਤੀ ਵਰਗੀ ਕਾਰ ਨਹੀਂ ਤੇ 11 ਵਰਗਾ ਟਰੈਕਟਰ, ਚਮਕੀਲੇ ਵਰਗੀ ਜੋੜੀ ਨਹੀਂ ਧਰਮਿੰਦਰ ਵਰਗਾ ਐਕਟਰ, ਇੱਕ ਬਾਲੀਵੁੱਡ ਦਾ ਸਟਾਰ ਧਰਮਿੰਦਰ ਹੈ ਸ਼ਾਹਨੇਵਾਲ ਦੀ ਧਰਤੀ ਦਾ, ਆ ਗੱਭਰੂ ਮੁੰਡਾ ਫਰੀਦਕੋਟੀ ਹੈ, ਮੁੰਡਿਆਂ ਦੇ ਮੁੰਡਿਆਂ ਫਰੀਦਕੋਟੀ ਆ, ਤੇਰੇ ਅੱਖਾਂ 'ਚ ਸ਼ਰਾਰਤ ਨੱਚਦੀ ਹੈ ਤੇ ਤੇਰੇ ਬੁੱਲਾਂ ਤੇ ਸ਼ਰਾਰਤ ਹੱਸਦੀ ਹੈ, ਮੁੰਡਿਆਂ ਦੇ ਮੁੰਡਿਆਂ ਫਰੀਦਕੋਟੀ ਆ। ਲਓ ਅਗਲੀ ਕਬੱਡੀ ਹੁਣ ਖੇਡ ਮੈਦਾਨ ਦੇ ਵਿੱਚ, ਫਿਰ ਨੌਜਵਾਨ ਪਾਉਂਦੇ ਨੇ ਬਹੁਤ ਹੀ ਵਧੀਆ ਤਿਆਰੀ ਕੀਤੀ ਨੌਜਵਾਨ ਜੱਸੇ ਨੇ, ਕਹਿੰਦੇ ਗੁਰਮੁਖ ਸਿੰਘ ਦੀ ਟੀਮ ਦੇ ਲਈ ਖੇਡਿਆ ਨੌਜਵਾਨ,
ਚਾਰ ਜਾਫੀ ਦੇ ਪਾਸੇ ਅਮਰ ਸਿੰਘ ਦਾ ਪੁੱਤ ਪਿਆਰੀ ਕਰਦਾ, ਨਾਲ ਗੁਰਸ਼ਰਨ ਸਿੰਘ ਹੈ, ਨਾਲ ਸੇਵਕ ਤੇ ਨਾਲ ਗੁਰਪ੍ਰੀਤ ਫਰੰਦੀਪੁਰ ਦਾ ਗੋਪੀ ਦੇ ਨਾਂ ਤੇ ਮਸ਼ਹੂਰ ਹੈ, ਇੱਕ ਸੁਨੇਹਰ ਪਿੰਡ ਦਾ ਤਕੜਾ ਖੇਡਦਾ। ਲਓ ਸਾਹਮਣੇ ਮੂਹਰੇ ਅੜ ਕੇ ਹੌਸਲਾ ਕਰਕੇ ਦੇਖਦੇ ਵੀ ਛੋਟੇ ਵੀਰ ਨੂੰ ਪਿਆਰ ਦੇ ਨਾਲ ਤਾਸ ਗਾਉਂਦਾ, ਬੜੀ ਪਿਆਰੀ ਖੇਡ ਖੇਡਦਾ, ਬਹੁਤ ਵਧੀਆ ਤੇ ਨੇਕ ਨੌਜਵਾਨ ਖੇਡ ਬਹੁਤ ਹੀ ਤਕੜਾ ਜਫਾ ਲੱਗਾ। ਮੈਂ ਜਾਂਦੀ ਮਰ ਗਈ ਵੇ ਹਾਣੀਆਂ ਉਮਰ ਮੁੰਡੇ ਦੀ ਨਿਆਣੀ, ਇੱਕ ਬੰਨੇ ਨਿਆਣੀ ਦੀ ਉਮਰ ਦਾ ਬਲਦੇਵ ਸਿੰਘ ਸਰਪੰਚ ਬਰਾੜਸਾ ਆਖਦੇ ਆ ਵੀ 60 ਰੁਪਈਆ ਫਰੰਦੀਪੁਰੀ ਗੋਪੀ ਦਾ, ਚੱਲ ਵੀ ਨੌਜਵਾਨਾਂ ਬਰਾੜ ਸਾਹਿਬ ਮੁੰਡੇ ਨੇ ਦੌਲੇ ਤੇ ਵੱਡੀ ਕਰਕੇ ਫੋਟੋ ਪਾਵੇ ਵਿਧੀ ਜਾਂਦੀ ਬਣਾਈ ਹੋਈ ਹੈ, ਭਾਵੇਂ ਕੈਨੇਡਾ ਦੀ ਧਰਤੀ ਤੇ ਧੁੰਮ ਪਾਈ ਕਾਫੀ ਜਿਹੜੇ ਆਪਣੇ ਨਾਮ ਕਰਵਾ ਚੁੱਕਾ ਹੈ। ਉਧਰਲੇ ਬੰਨੇ ਪ੍ਰਦੀਪ ਸਾਹਿਬ ਹੈ, ਆਹ ਨੌਜਵਾਨ ਨੂੰ ਪਹਿਲੀ ਜਿਹੜੀ ਸਵਾਰੀ ਮਿਲੀ ਹੈ ਕਬੱਡੀ ਜਗਤ ਚ ਮਰਸੀਆਂ ਦੀ ਧਰਤੀ, ਪਰਮ ਜਿਸ ਦਾ ਪੁੱਤ ਦੁਨੀਆਂ ਦਾ ਹੀਰਾ ਖਿਡਾਰੀ ਹੈ, ਆਹ ਵੀ ਨੌਜਵਾਨ ਗੁਰਵਿੰਦਰ ਅਗਲੀ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਗੁਰਵਿੰਦਰ ਸਿੰਘ ਦੀ ਪਾਈ ਹੋਈ ਕਬੱਡੀ ਹੈ, ਜਿਹਨੂੰ ਸਾਈਕਲ ਨਹੀਂ ਸੀ ਨਸੀਬ ਹੁੰਦੇ ਉਹਨਾਂ ਦੇ ਤੂੰ ਦਿਨ ਫੇਰੇ, ਤੈਨੂੰ ਖੇਡ ਕੇ ਕਬੱਡੀਏ ਨਹੀਂ ਦਿੰਦੇ। ਮੈਂ ਦੇਖੇ ਬੋਲਟਾਂ ਦੇ ਗੇੜੇ ਜਿਹੜੇ ਦਿੱਲੀ ਜਾਣ ਨੂੰ ਤਰਸਦੇ ਸੀ, ਉਹਨਾਂ ਦੇ ਲਵਾ ਤੇ ਤੂੰ ਕੈਨੇਡਾ ਦੇ ਟੂਰ ਨਹੀਂ ਕਬੱਡੀਏ, ਮੈਂ ਸਾਧ ਕੇ ਮੈਂ ਜਾਵਾਂ ਤੇਰੇ, ਮੈਂ ਘਰਾਂ ਦੀ ਗਰੀਬੀ ਕਰਦੇ ਟੂਰ ਨਹੀਂ ਕਬੱਡੀਏ। ਮੈਚ ਸਮਾਪਤਾ, ਜਗੂਰ ਮਾਣੀ ਦੀ ਟੀਮ ਫਾਈਨਲ ਮੈਚ ਖੇਡੇਗੀ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਦੋਹਾਂ ਟੀਮਾਂ ਦਾ। ਵੇਖਾਂਗੇ ਹੁਣ ਤਕਰੀਬਨ 4 ਲੱਖ ਦੇ ਅੰਦਰ ਬਾਹਰ ਫੈਸਲਾ ਹੋਵੇਗਾ। ਦੋ ਮੋਟਰਸਾਈਕਲ ਨੇ ਵੱਡੇ ਨਾਮ ਹੈ ਤੇ ਨਾਲ ਹੁਣ ਬੋੜਾ ਖੁਸ਼ ਆ, ਕਹਿੰਦਾ ਵੀ ਅਗਲੇ ਸਾਲ ਮੋਟਰਸਾਈਕਲ ਦੇਣਾ ਇਸ ਨੌਜਵਾਨ ਨੂੰ। ਉਧਰਲੇ ਬੰਨੇ 100 ਰੁਪਏ ਦਾ ਬਾਲ ਹੋਵੇਗਾ। ਲਓ ਖੇਡ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਮੋਟਾ ਸੋਨ, ਆਪਾਂ ਦੇਖੀਏ ਵੀ ਨੌਜਵਾਨ ਨੇ ਕਰ